ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰੀ ਫਿਰ ਤੁਹਾਡੇ ਨਾਲ ਫੇਸਬੁੱਕ 'ਤੇ ਰੂਬਰੂ ਲਾਈਵ। ਉਮੀਦ ਕਰਦੇ ਹਾਂ ਜਿੱਥੇ ਵੀ ਤੁਸੀਂ ਹੋਵੋਗੇ ਠੀਕ ਠਾਕ ਹੋਵੋਗੇ। ਇੱਕ ਵੀਡੀਓ ਦੋਸਤੋ ਵਾਇਰਲ ਹੋਈ ਸੀ ਪਿਛਲੇ ਦਿਨੀ, ਜਿਹਦੇ ਵਿੱਚ ਇੱਕ ਕੁੜੀ ਜਿਹੜੀ ਹੈ ਰੋ ਰੋ ਕੇ ਵੀਡੀਓ ਬਣਾ ਰਹੀ ਹੈ ਅਤੇ ਸਾਊਦੀ ਅਰਬ ਦੇ ਵਿੱਚ ਉਹ ਸਟੱਕ ਹੋ ਗਈ। ਮੇਰਾ ਨਾਮ ਲੈ ਕੇ ਵੀਡੀਓ ਬਣਾ ਰਹੀ ਹੈ ਕਿ ਮੈਨੂੰ ਬਚਾਇਆ ਜਾਵੇ। ਉਹਦੇ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਹੈ ਅਤੇ ਉਹਨੂੰ ਕਮਰੇ 'ਚ ਬੰਦ ਕਰਕੇ ਬਾਹਰੋਂ ਤਾਲਾ ਲਾ ਦਿੱਤਾ ਜਾਂਦਾ ਵਗੈਰਾ ਵਗੈਰਾ। ਉਹਨੇ ਸਾਰਾ ਦੱਸਿਆ ਕਿ ਇੱਕ ਸਾਲ ਤੋਂ ਉਹ ਤਸ਼ੱਦਦ ਚੱਲ ਰਹੀ ਹੈ ਅਤੇ ਮੇਰੇ ਕੋਲ ਉਹਦੀ ਕੋਈ ਡਿਟੇਲ ਨਹੀਂ ਸੀ, ਐਡਰੈਸ ਨਹੀਂ ਸੀ। ਸੋ ਕੱਲ੍ਹ ਮੈਂ ਆਪਣੇ ਫੇਸਬੁੱਕ ਦੇ ਪੇਜ 'ਤੇ ਤੁਹਾਡੇ ਤੋਂ ਪੁੱਛਿਆ ਸੀ ਕਿ ਜੇ ਕੋਈ ਕਿਸੇ ਕੋਲ ਡਿਟੇਲ ਹੋਵੇ, ਅਤੇ ਮੈਨੂੰ ਕੱਲ੍ਹ ਰਾਤ ਉਸ ਕੁੜੀ ਦੇ ਪਾਸਪੋਰਟ ਦੀ ਡਿਟੇਲ, ਪਾਸਪੋਰਟ ਦੀ ਕਾਪੀ ਅਤੇ ਉਹਦੇ ਵੀਜ਼ੇ ਦੀ ਡਿਟੇਲ, ਏਜੰਟ ਦਾ ਨੰਬਰ, ਉਹਦੇ ਘਰਦਿਆਂ ਦਾ ਨੰਬਰ ਮਿਲ ਗਿਆ ਸੀ ਅਤੇ ਮੈਂ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਇਹ ਵਿਦੇਸ਼ ਮੰਤਰਾਲੇ ਨੂੰ ਕੱਲ੍ਹ ਰਾਤ ਭੇਜਤੀ ਸੀ। ਅਤੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਉੱਥੇ ਜਿਹੜੀ ਭਾਰਤੀ ਅੰਬੈਸੀ ਹੈ ਸਾਊਦੀ ਅਰਬ ਦੇ ਵਿੱਚ ਉਹਨੂੰ ਨਿਰਦੇਸ਼ ਦਿੱਤੇ ਨੇ ਕਿ ਜਲਦੀ ਤੋਂ ਜਲਦੀ ਇਸ ਕੁੜੀ ਨਾਲ ਸੰਪਰਕ ਕਰਕੇ ਇਹਨੂੰ ਵਾਪਸ ਲਿਆਂਦਾ ਜਾਵੇ। ਸੋ ਉਮੀਦ ਕਰਦੇ ਹਾਂ ਕਿ ਬੜੀ ਜਲਦੀ ਉਹ ਕੁੜੀ ਜਿਹੜੀ ਹੈ ਉਹ ਵਾਪਸ ਆਪਣੇ ਪਰਿਵਾਰ 'ਚ ਆਜੂਗੀ। ਸੋਸ਼ਲ ਮੀਡੀਆ ਦੀ ਤਾਕਤ ਇੱਕ ਵਾਰੀ ਫਿਰ ਸਾਹਮਣੇ ਆਈ ਹੈ, ਜਿਨ੍ਹਾਂ ਨੇ ਵੀ ਇਸ ਕੁੜੀ ਨੂੰ ਬਚਾਉਣ ਲਈ ਅਤੇ ਘਰ ਵਾਪਸ ਲਿਆਉਣ ਲਈ ਹੈਲਪ ਕੀਤੀ ਹੈ। ਕਿਸੇ ਨੇ ਫੋਨ ਨੰਬਰ ਦਿੱਤੇ ਨੇ, ਕਿਸੇ ਨੇ ਇਹਦੇ ਪਾਸਪੋਰਟ ਦੀ ਡਿਟੇਲ ਭੇਜੀ ਹੈ, ਕਿਸੇ ਨੇ ਕਿਹਾ ਕਿ ਮੈਂ ਸਾਊਦੀ ਅਰਬ 'ਚ ਹਾਂ ਜੀ, ਜੇ ਕੋਈ ਕਿਸੇ ਕਿਸਮ ਦੀ ਕੋਈ ਸਾਡੇ ਲਾਇਕ ਸੇਵਾ ਹੋਵੇ ਤਾਂ ਦੱਸਿਓ। ਤੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹ ਇਕੱਲੇ ਦਾ ਕੰਮ ਨਹੀਂ ਹੈ, ਟੀਮ ਵਰਕ ਹੈ ਜੀ। ਚਲੋ ਜੇ ਆਪਣੇ ਕੋਈ ਫੋਨ ਕਰਨ ਨਾਲ, ਆਪਣੇ ਕਿਸੇ ਥੋੜ੍ਹੀ ਜਿਹੀ ਹੈਲਪ ਨਾਲ ਕਿਸੇ ਦੇ ਪਰਿਵਾਰ 'ਚ ਖੁਸ਼ੀਆਂ ਵਾਪਸ ਆਉਂਦੀਆਂ ਨੇ ਤਾਂ ਇਹਦੇ ਵਿੱਚ ਇਹਦੇ ਨਾਲ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ। ਪਰ ਮੈਂ ਇੱਕ ਵਾਰੀ ਫਿਰ ਸਾਰੇ ਪੰਜਾਬੀ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਖਾੜੀ ਦੇ ਮੁਲਕਾਂ 'ਚ ਜਾਣ ਤੋਂ ਪਹਿਲਾਂ ਕਿਰਪਾ ਕਰਕੇ ਪੂਰੀ ਜਾਂਚ ਪੜਤਾਲ ਕਰ ਲਓ, ਪੂਰਾ ਛਾਣਬੀਣ ਕਰਕੇ ਜਾਓ ਤਾਂ ਕਿ ਤੁਹਾਡੀ ਜਾਨ ਵੀ ਖਤਰੇ 'ਚ ਨਾ ਪਵੇ। ਇੱਥੇ ਤਾਂ ਬਹੁਤ ਵੱਡੇ ਵੱਡੇ ਝੂਠੇ ਸੁਪਨੇ ਦਿਖਾ ਕੇ ਤੁਹਾਨੂੰ ਲੈ ਜਾਂਦੇ ਨੇ, ਪਰ ਉੱਥੇ ਜਦੋਂ ਹਾਲਾਤ ਤੁਸੀਂ ਦੇਖਦੇ ਹੋ ਤਾਂ ਬਹੁਤ ਸਾਰੀਆਂ ਵੀਡੀਓ ਹਜੇ ਮੇਰੇ ਕੋਲ ਆਈਆਂ ਨੇ। ਬਹਿਰੀਨ ਤੋਂ 7-8 ਮੁੰਡਿਆਂ ਦੀ ਵੀਡੀਓ ਆਈ ਹੈ, ਉਹ ਵੀ ਫਸੇ ਹੋਏ ਨੇ, ਉਹਨਾਂ ਦੀ ਪਾਸਪੋਰਟ ਡਿਟੇਲ ਵੀ ਮੈਂ ਭੇਜਤੀ। ਦੁਬਈ ਤੋਂ 2 ਮੁੰਡਿਆਂ ਦੀ ਵੀਡੀਓ ਮਿਲੀ ਹੈ, ਉਹ ਵੀ ਮੈਂ ਪਾਸਪੋਰਟ ਦੀ ਡਿਟੇਲ ਉਹਨਾਂ ਨੂੰ ਭੇਜਤੀ ਵਿਦੇਸ਼ ਮੰਤਰਾਲੇ ਨੂੰ। ਸੋ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇੱਥੋਂ ਵੀ ਪੈਸੇ ਦੇ ਕੇ ਜਾਓ ਅਤੇ ਉੱਥੇ ਜਾ ਕੇ ਜਾਨ ਵੀ ਖਤਰੇ 'ਚ ਪੈ ਜਾਵੇ ਅਤੇ ਪਰਿਵਾਰ ਵੀ ਪਿੱਛੇ ਪਛਤਾਵੇ 'ਚ ਨਾ ਪੈਣ। ਇੰਨੀ ਕੁ ਗੱਲ ਦੱਸਣ ਵਾਸਤੇ ਮੈਂ ਲਾਈਵ ਕੀਤਾ ਸੀ। ਉਹ ਕੁੜੀ ਜਿਹੜੀ ਹੈ ਜਿਹਨੇ ਮੇਰਾ ਨਾਮ ਲੈ ਕੇ ਵੀਡੀਓ ਪਾਈ ਸੀ, ਬੜੀ ਜਲਦੀ ਆਪਣੇ ਪਰਿਵਾਰ ਦੇ ਵਿੱਚ ਆ ਜੂਗੀ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਸਾਰਿਆਂ।